ਪੰਜਾਬ ਸਰਕਾਰ ਨੇ ਸੂਬੇ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਨੂੰ ਇੱਕ ਮਿਸ਼ਨ ਦੇ ਰੂਪ ਵਿੱਚ ਪਹੁੰਚਾਉਣ ਦਾ بیڑا ਚੁੱਕਿਆ ਤਾਂ ਜੋ ਆਧੁਨਿਕ ਵਿਗਿਆਨ ਦਾ ਲਾਭ ਸਮਾਜ ਤੱਕ ਪਹੁੰਚਾਇਆ ਜਾ ਸਕੇ ਇਸ ਲਈ ਵਿਗਿਆਨ ਟੈਕਨੋਲੋਜੀ ਤੇ ਵਾਤਾਵਰਣ ਵਿਭਾਗ ਨੇ ਵਿਸ਼ੇਸ਼ ਮਿਸ਼ਨ ਪਪੂਲਰ ਸਾਇੰਸ ਨੂੰ ਅਪਣਾਇਆ ਹੈ ਇਸ ਸੰਬੰਧ ਵਿੱਚ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿੱਚ ਨਵੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਵਿਗਿਆਨ ਤੇ ਟੈਕਨੋਲੋਜੀ ਦੇ ਸਕੱਤਰ ਰਾਹੁਲ ਤਿਵਾੜੀ ਨੇ ਇਹ ਜਾਣਕਾਰੀ ਕਪੂਰਥਲਾ ਵਿੱਚ ਦਿੱਤੀ। ਉਹਨਾਂ ਸਾਇੰਸ ਸਿਟੀ ਵਿੱਚ 스파ਰਕ ਥੀਏਟਰ ਤੇ ਐਂਟੀ ਗ੍ਰੈਵਿਟੀ ਰੂਮ ਦਾ ਉਦਘਾਟਨ ਕੀਤਾ। ਉਹਨਾਂ ਦੱਸਿਆ ਕਿ ਕੇਂਦਰ ਸਰਕਾਰ ਦੇ ਸੱਭਿਆਚਾਰਕ ਮੰਤਰਾਲਾ ਨੇ ਸਪੇਸ ਥੀਏਟਰ ਤੇ ਹੋਰਨਾਂ ਸਹੂਲਤਾਂ ਲਈ 6.5 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਹੈ। ਸਮਾਗਮ ਨੂੰ ਸਾਇੰਸ ਸਿਟੀ ਦੀ ਮਹਾਨ ਨਿਰਦੇਸ਼ਕ ਨੇਲੀਮਾ ਜੈਰਤ ਨੇ ਵੀ ਸੰਬੋਧਨ ਕੀਤਾ।